डॉक्टर साहब सत श्रीकाल। सत श्रीकाल जी। अपना पिंड सहना है जी। हां जी। की नाम है जी अपना? वैद भाई रूपे वाले। अपना जानी के जेडे बुजुर्ग पिता पुरखे सी आपां उहनां दे कारोबार नूं अगे वधाया होया है। हां जी हां जी। ठीक है जी। ते जिहड़ी इह तुसीं सानूं आपां हुण पुड़ी दित्ती है इह, इह जिहड़ी तुसीं इहदे बारे जानकारी दिओ वी किहड़े किहड़े मरीजां नूं दे सकदे आ, ते जिहड़े टाइफाइड दे लक्षण ने किन्ने किन्नियां किस्मां दा इह, इहदे बारे जानकारी दिओ जी। इह टाइफाइड जिहड़ा हैगा तिन तरहां दा। ठीक है। इक तां मोटी माता है। ठीक है जी। एक बरीक दाने हो जाते हैं। ठीक है जी। एक ठंडे पिंडे हो जाता है, वो अंदर दाने बन जाए। ठीक है जी। जो अंदर दाने बन गए, जो कोई हड भन नहीं रही है, उन्होंने खंघ जुकाम है, उन्होंने टाइफाइड है। ठीक है। ठीक है जी। उदो टाइफाइड का टेस्ट कराने कोई भी डॉक्टर है, चाहे कोई वो आप कराने। ठीक है जी। जो टाइफाइड आता है, टाइफाइड के ठंडी बोतल ना लाओ। ठीक है जी। जो ठंडी बोतल लग गई, हाँ जी, ओ फेफड़े जेडे है ओ डैमेज होने लग जाते हैं, कम घट कर लग जाए। ठीक है जी। जो घट कर लग जाए उदू बाद नमूनिया हो जाता है। ठीक है जी। जो नमूनिया हो गया छाती जाम हो जाए। हाँ जी। जो छाती जाम होगी उदू बाद जे तो आप गर्म बहारे दो। हाँ जी। जा कोई काढ़े दो गर्म। ठीक है। छाती खुल जू। ठीक है जी। जो ऑक्सीजन लाती, हाँ जी, ऑक्सीजन ठंडी है। बिलकुल। जो ठंडी है ओ सारा फेफड़े वगैरा सारे ओ जानी के सुंगड़ जाते हैं। बिलकुल जी। उदू मुड़के खत्म हो जाता है। ठीक है जी। अद्धा जानी के अद्धो ज्यादा टाइफाइड ना मर रहे है। ठीक है जी। जानी के जे कुछ कोरोना ना मर रहे है। हाँ जी। ते 20-30% टाइफाइड ना मर रहे है। 16 निकल रहे। तुसीं ये वेखो एक टाइफाइड आला, हाँ जी, एक पिंड चो एक डेली जा वड़िया। बिलकुल जी। अपने एरिए दे विच किन्ने पिंड है? बहुत ज्यादा ने जी। जे 50 ही डेली टाइफाइड वाले जा वड़े, हाँ जी, उथे ता 50 मर गए डेली। बिलकुल जी। 50 दा आंकड़ा बन गया। बिलकुल जी। ਉਹ ਟਾਈਫਾਈਡ ਨਾ ਮਰੀ ਜਾਂਦੇ ਆ ਬਹੁਤ ਜ਼ਿਆਦਾ। ਆਪਣੇ ਪਿੰਡ 4 ਮੌਤਾਂ ਹੁੰਦੀਆਂ ਜੀ ਡੇਲੀ ਹੁੰਦੀਆਂ। ਹਰੇਕ ਪਿੰਡ ਤੋਂ ਤੁਸੀਂ ਇੱਕ ਵੀ ਜਾਈਏ ਇਹ, ਹਾਂਜੀ, ਤੇ ਉੱਥੇ ਵੇਖ ਲਓ ਕਿੰਨੇ ਵਧਣਗੇ। ਠੀਕ ਹੈ ਜੀ। ਉਹ ਤੁਸੀਂ ਕਿਸੇ ਰੋਗ ਚ ਪਾ ਲਓ, ਚਾਹੇ ਕੋਰੋਨਾ ਚ ਪਾ ਲਓ, ਚਾਹੇ ਟਾਈਫਾਈਡ ਚ ਪਾ ਲਓ। ਠੀਕ ਹੈ ਜੀ। ਅੱਧੋ 80% ਟਾਈਫਾਈਡ ਹੈ। ਠੀਕ ਹੈ ਜੀ। 80% ਟਾਈਫਾਈਡ ਹੈ। ਹਾਂਜੀ। ਆਪਾਂ ਤਾਂ ਇਹੀ ਕਹਿੰਦੇ ਆ ਜਿੰਨੇ ਭਰਾ ਡਾਕਟਰ ਹੈ ਕੋਈ ਵੀ ਹੈ, ਜਦੋਂ ਵੀ ਆਉਂਦਾ ਉਹਨੂੰ ਟੈਸਟ ਕਰਾਉਣ। ਠੀਕ ਹੈ ਜੀ। ਜਦੋਂ ਟੈਸਟ ਕਰਾਉਂਦੇ ਆ ਜੇ ਉਹਨੂੰ ਟਾਈਫਾਈਡ ਆਉਂਦਾ, ਟਾਈਫਾਈਡ ਚ ਬੋਤਲ ਨਾ ਲੈਣ, ਹੋਰ ਰੋਗ ਚ ਜਿਹੜੇ ਚ ਮਰਜ਼ੀ ਲਈ ਜਾਣ। ਠੀਕ ਹੈ ਜੀ। ਇਹ ਨਹੀਂ ਹੈ ਬੋਤਲ ਦੀ ਲੋੜ ਨਹੀਂ, ਬੋਤਲ ਦੀ ਲੋੜ ਹੈ ਜਿਵੇਂ ਉਲਟੀਆਂ ਟੱਟੀਆਂ ਲੱਗ ਗਈਆਂ ਉਹ ਚ ਵੀ ਜ਼ਰੂਰਤ ਹੈ, ਪਾਣੀ ਘੱਟ ਗਿਆ ਉਹਦੀ ਜ਼ਰੂਰਤ ਹੈ। ਬਿਲਕੁਲ ਜੀ। ਹੋਰ ਕਿਤੇ ਨਾ ਲਾਉਣ। ਠੀਕ ਹੈ। ਜੇ ਸਾਡੇ ਨਾਲ ਕੋਈ ਜਾਣਕਾਰੀ ਵੀ ਲੈਣੀ ਹੈ ਕਿਸੇ ਨੇ, ਹਾਂਜੀ, ਵੈਦ ਭਾਈ ਰੂਪੇ ਵਾਲੇ ਸਹਿਣੇ ਬਲਾਕ ਵਾਲੇ ਅੱਡੇ ਦਾ ਹਸਪੀਟਲ ਹੈ। ਹਾਂਜੀ। ਮੇਰਾ ਨੰਬਰ ਹੈ 99-151-3251। ਕੋਈ ਵੀ ਮਰਜ਼ੀ ਜਾਣਕਾਰੀ ਲੈ ਸਕਦਾ ਹੈ। ਠੀਕ ਹੈ ਜੀ। ਕੋਈ ਸਰਕਾਰੀ ਡਾਕਟਰ ਨੇ ਜਾਣਕਾਰੀ ਲੈਣੀ ਹੈ, ਪ੍ਰਾਈਵੇਟ ਨੇ ਲੈਣੀ ਹੈ। ਹਾਂਜੀ। ਜੇ ਸਾਡੀ ਕੋਈ ਦਵਾਈ ਦਾ ਸੈਂਪਲ ਕਿਸੇ ਨੇ ਭਰਾ ਕੇ ਚੈੱਕ ਕਰਾਉਣਾ, ਉਹ ਵੀ ਕਰਾ ਸਕਦਾ। ਗੁੱਡ ਜੀ। ਜਿੱਥੇ ਮਰਜ਼ੀ ਜਾਓ। ਇਹ ਜਿਹੜੀ ਤੁਸੀਂ ਸਾਨੂੰ ਹੁਣ ਦਵਾਈ ਦਿੱਤੀ ਹੈ, ਹਾਂਜੀ, ਇਹ ਕਿਹੜੇ ਕਿਹੜੇ ਮਰੀਜ਼ਾਂ ਨੂੰ ਦੇਣੀ ਹੈ? ਇਹ ਜਿਹਨੂੰ ਹੱਡ ਭੰਨੀ ਰਹਿੰਦੀ ਹੈ। ਠੀਕ ਹੈ ਜੀ। ਉਸ ਨੂੰ ਦੇ ਸਕਦੇ ਆ, ਜਿਵੇਂ ਖੰਘ ਹੈ, ਜੁਕਾਮ ਹੈ, ਹੱਡ ਭੰਨੀ ਹੈ। ਹਾਂਜੀ। ਇਹ 4 ਰੋਗ ਆਪਣੇ ਮੌਸਮ ਬਦਲਣ ਅਨੁਸਾਰ 4 ਰੋਗ ਲੱਗਦੇ ਆ। ਠੀਕ ਹੈ ਜੀ। ਉਦੋਂ ਉਸ ਟਾਈਮ ਤੇ ਇਹ ਕੰਮ ਕਰਦੀ ਹੈ। ਠੀਕ ਹੈ ਜੀ। ਜਦੋਂ ਹੱਡ ਭੰਨੀ ਰਹਿੰਦੀ ਹੈ ਉਹਨੂੰ ਟਾਈਫਾਈਡ ਲਾਜ਼ਮੀ ਹੈ। ਠੀਕ ਹੈ ਜੀ। ਟਾਈਫਾਈਡ ਲਾਜ਼ਮੀ ਚੈੱਕ ਕਰਾਓ। ਠੀਕ ਹੈ ਜੀ। ਜੇ ਟਾਈਫਾਈਡ ਆਉਂਦਾ ਹੈ, ਹਾਂਜੀ, ਤਾਂ ਤੁਸੀਂ ਇਹ ਦਵਾਈ ਵਰਤੋ, ਸਹੀ ਹੈ। ਗੁੱਡ। ਜਾਂ ਕਿਸੇ ਤੋਂ ਵੈਦ ਤੋਂ ਲੈ ਲਓ। ਸਮਝ ਗਏ। ਇਹ ਆਪਣਾ ਅਸਰ ਕਿੰਨੇ ਕੁ ਦਿਨਾਂ ਚ ਦਿਖਾ ਦਿੰਦੀ ਹੈ? ਇਹ 3 ਦਿਨਾਂ ਚ। ਅੱਛਾ, 3 ਦਿਨਾਂ ਚ ਬੰਦੇ ਨੂੰ ਪਤਾ ਲੱਗ ਗਿਆ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ। ਕਿਤੇ ਜਾਣ ਦੀ ਲੋੜ ਨਹੀਂ। ਨਾ ਉਹਨੂੰ ਕਿਸੇ ਹਸਪੀਟਲ ਦਾਖਲ ਹੋਣ ਦੀ ਲੋੜ ਹੈ। ਤੁਸੀਂ ਦਾਖਲ ਹੋਣ ਦੀ ਲੋੜ ਨਹੀਂ। ਗੁੱਡ ਗੁੱਡ ਗੁੱਡ। ਜਿਹਦਾ ਬੋਤਲਾਂ ਲੱਗ ਗਈਆਂ, ਹਾਂਜੀ, ਟਾਈਫਾਈਡ ਚ ਬੋਤਲ ਲੱਗ ਗਿਆ, ਉਹ ਸਾਰੀ ਉਮਰ ਉਹ ਡਾਕਟਰ ਕੋਈ ਦਊਗਾ। ਬੱਲੇ ਬੱਲੇ ਬੱਲੇ। ਕਿਉਂਕਿ ਇਹਨੂੰ ਤੰਦਰੁਸਤ ਬੰਦਾ ਵੀ ਖਾ ਸਕਦਾ ਵੀ ਸਾਡੇ ਨੇੜੇ ਕੋਈ ਬਿਮਾਰੀ ਆਵੇ ਹੀ ਨਾ। ਇਹਨੂੰ ਤੰਦਰੁਸਤ 6 ਮਹੀਨਿਆਂ ਬਾਅਦ ਇੱਕ ਪੈਕਟ ਖਾ ਲਓ। ਠੀਕ ਹੈ ਜੀ। 6 ਮਹੀਨਿਆਂ ਬਾਅਦ ਇੱਕ ਪੈਕਟ, ਇੱਕ ਪੈਕਟ ਖਾ ਲਓ, ਉਹਨੂੰ ਨਾ ਟਾਈਫਾਈਡ ਨਾ ਖੰਘ ਨਾ ਜ਼ੁਕਾਮ ਉਹਨੂੰ ਹੁੰਦੀ ਨਹੀਂ। ਬੱਲੇ 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 ਬੱਲੇ। ਬਹੁਤ ਧੰਨਵਾਦ ਜੀ ਤੁਹਾਡਾ। ਜਦੋਂ ਵੀ ਕੋਈ ਜਾਣਕਾਰੀ ਲੈਣੀ ਹੈ, ਕਿਸੇ ਨੇ ਵੀ ਲੈਣੀ ਹੈ, ਕੋਈ ਸਿਹਤ ਮੰਤਰੀ ਨੇ ਲੈਣੀ ਹੈ, ਕੋਈ ਹੋਰ ਲੈਣੀ ਹੈ, ਹਾਂਜੀ, ਜਿਹੜੀ ਮਰਜ਼ੀ ਮੈਨੂੰ ਸੱਦੋ, ਮੈਂ ਉੱਥੇ ਆਉਂ। ਥੈਂਕ ਯੂ ਭਾਜੀ, ਥੈਂਕ ਯੂ। ਬਹੁਤ ਜ਼ਿਆਦਾ ਖੁਸ਼ੀ ਹੋਈ ਤੁਹਾਡੇ ਦਰਸ਼ਨ ਕਰਕੇ ਤੇ ਜਿਹੜੀ ਜਾਣਕਾਰੀ ਹੈ। ਦੋਸਤੋ, ਪਤਾ ਕੀ ਗੱਲ ਹੈ, ਛੋਟੀ ਜੀ ਪ੍ਰੋਬਲਮ ਦੇ ਨਾਲ ਆਪਾਂ ਆਪਦਾ ਇੱਕ ਜੀ ਖੋ ਦਿੰਨੇ ਆ, ਠੀਕ ਹੈ ਨਾ ਜੀ? ਹਾਂਜੀ ਹਾਂਜੀ। ਤੇ ਇਹ ਬਹੁਤ ਵੱਡੀ ਇਹ ਸੇਵਾ ਹੈ ਕਿਹਨਾਂ ਦੀ, ਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਨੰਬਰ ਇਹਨਾਂ ਨੇ ਦੇਤਾ, ਉਹਦੇ ਗੱਲ ਕਰਕੇ ਦਵਾਈ ਲਿਜਾ ਸਕਦੇ ਹੋ। ਪਿੰਡ ਸਹਿਣਾ ਬਰਨਾਲੇ ਤੋਂ ਬਾਜਾ ਖਾਨਾ ਰੋਡ ਦੇ ਉੱਤੇ 18 ਕਿਲੋਮੀਟਰ ਤੇ ਪਿੰਡ ਹੈ ਇਹ, ਠੀਕ ਹੈ ਜੀ? ਜ਼ਿਲ੍ਹਾ ਬਰਨਾਲਾ, ਬਲਾਕ ਵਾਲਾ ਅੱਡਾ, ਪਸ਼ੂਆਂ ਦੇ ਹਸਪਤਾਲ ਦੇ ਸਾਹਮਣੇ ਆ। ਹਾਂਜੀ ਹਾਂਜੀ। ਵੈਦ ਭਾਈ ਰੂਪੇ ਵਾਲੇ। ਵੈਦ ਭਾਈ ਰੂਪੇ ਵਾਲੇ। ਸਾਡੇ ਕੋਈ ਵੀ ਜਾਣਕਾਰੀ ਲੈਣੀ ਕਿਸੇ ਨੇ ਵੀ, ਕੋਈ ਸਰਕਾਰੀ ਡਾਕਟਰ, ਪ੍ਰਾਈਵੇਟ ਡਾਕਟਰ, ਹਾਂਜੀ, ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ। ਜੇ ਬਾਈ ਚਾਂਸ ਦਾ ਕੇਸ ਹੁੰਦਾ, ਕਾੜੇ ਵਗੈਰਾ ਦੇ ਕੇ ਉਹਦੀ ਛਾਤੀ ਖੋਲੋ।
ਠੀਕ ਹੈ ਜੀ। ਕੋਈ ਦਰਖਤ ਥੱਲੇ ਪਾ ਦੋ ਉਹਦੀ ਆਕਸੀਜਨ ਪੂਰੀ ਹੋ ਜੇ। ਸਮਝ ਗਏ ਜੀ। ਯਾਨੀ ਕਿ ਉਹ ਮਰਦਾ ਨਹੀਂ ਬੰਦਾ। ਠੀਕ ਹੈ ਜੀ। ਜਦੋਂ ਉਹਨੂੰ ਆਕਸੀਜਨ ਲਾਤੀ ਉਦੋਂ ਮਰੂਗਾ। ਠੀਕ ਹੈ ਜੀ। ਆਪਾਂ ਇੱਥੇ ਬਚਾ ਸਕਦੇ ਹਾਂ। ਸਮਝ ਗਏ ਜੀ। ਡਾਕਟਰ ਸਾਰੇ ਰਲ ਕੇ ਵੀ ਬਚਾ ਸਕਦੇ ਆਪਾਂ। ਬਿਲਕੁਲ ਜੀ ਬਿਲਕੁਲ। ਡਾਕਟਰ ਵੀ ਆਪਣੀ ਕੋਈ ਸਲਾਹ ਸਕਦੇ, ਅਸੀਂ ਵੀ ਡਾਕਟਰ ਤੋਂ ਕਿਸੇ ਤੋਂ ਲੈ ਸਕਦੇ ਹਾਂ ਸਲਾਹ। ਬਿਲਕੁਲ ਜੀ ਬਿਲਕੁਲ। ਜਿਹਦੇ ਕੋਲ ਗੁਣ ਹੈਗਾ ਇਹ। ਹਾਂਜੀ ਹਾਂਜੀ। ਉਹ ਅੱਜ ਬਾਹਰ ਕੱਢਣ ਦਾ ਟਾਈਮ। ਬਿਲਕੁਲ ਜੀ ਬਿਲਕੁਲ। ਬਹੁਤ ਧੰਨਵਾਦ ਭਾਜੀ ਤੁਹਾਡਾ, ਕਿਉਂਕਿ ਵੀਡੀਓ ਜਦੋਂ ਲੰਬੀ ਹੋ ਜਾਂਦੀ ਹੈ ਨਾ ਫਿਰ ਲੋਕਾਂ ਕੋਲ ਟਾਈਮ ਘੱਟ ਹੁੰਦਾ ਕਿ ਵੀ ਉਹ ਸਵੇਰ ਤੱਕ ਦੇਖਦੇ ਨਹੀਂ। ਹਾਂਜੀ ਹਾਂਜੀ। ਠੀਕ ਹੈ ਜੀ। ਬਹੁਤ ਧੰਨਵਾਦ ਜੀ।